ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਵੀ ਤੁਸੀਂ ਸਾਈਕਲਿੰਗ ਵਿੱਚ ਆਪਣਾ ਇੰਟਰਸਟ ਕਿਵੇਂ ਡਿਵੈਲਪ ਕਰ ਸਕਦੇ ਹੋ। ਇਹ ਇੱਕ ਬਹੁਤ ਹੀ ਇੰਪੋਰਟੈਂਟ ਟੋਪਿਕ ਆ ਕਿ ਵੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਾਈਕਲਾਂ ਖਰੀਦ ਲੈਂਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਸਾਈਕਲਾਂ ਘਰ ਖੜ੍ਹੇ ਰਹਿ ਜਾਂਦੀਆਂ ਗੇ, ਅਤੇ ਇਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਕਿਹੜੇ ਕਿਹੜੇ ਸਹੀ ਸਟੈਪਸ ਨੇ ਜਿਨ੍ਹਾਂ ਨੂੰ ਤੁਸੀਂ ਲੈ ਕੇ ਵੀ ਅਤੇ ਸਾਈਕਲਿੰਗ ਵਿੱਚ ਆਪਣਾ ਇੰਟਰਸਟ ਡਿਵੈਲਪ ਕਰ ਸਕਦੇ ਹੋ, ਕਿਹੜੇ ਕਿਹੜੇ ਟ੍ਰਿਕਸ ਟਿਪਸ ਐਂਡ ਟ੍ਰਿਕਸ ਨੇ ਜਿਨ੍ਹਾਂ ਨਾਲ ਵੀ ਤੁਸੀਂ ਸਾਈਕਲਿੰਗ ਵਿੱਚ ਆਪਣਾ ਇੰਟਰਸਟ ਛੇਤੀ ਅਤੇ ਵਧੀਆ ਤਰੀਕੇ ਨਾਲ ਡਿਵੈਲਪ ਕਰ ਸਕਦੇ ਹੋ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ, ਬਣੇ ਰਹੇ ਵੀਡੀਓ ਦੇ ਵਿੱਚ, ਵੀਡੀਓ ਨੂੰ ਦੇਖਿਓ ਐਂਡ ਤੱਕ, ਅਤੇ ਚੱਲਦੇ ਹਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਾਈਕਲਿੰਗ ਸਿੰਘ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਸਾਈਕਲਿੰਗ ਸਿੰਘ ਦੇ ਵਿੱਚ। ਸੋ ਸਾਈਕਲਿੰਗ ਇੱਕ ਇਹੋ ਜਿਹੀ ਸਪੋਰਟਸ ਆ ਜੋ ਕਿ ਜਿਹਦੇ ਵਿੱਚ ਰੇਸਿੰਗ ਵੀ ਹੁੰਦੀ ਆ, ਜੋ ਕਿ ਲੋਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਵੀ ਯੂਜ਼ ਕਰਦੇ ਆ ਇੱਧਰ ਉੱਧਰ ਜਾਣ ਆਉਣ ਵਾਸਤੇ, ਅਤੇ ਲੋਕ ਮੌਜ ਮਸਤੀ ਵਾਸਤੇ ਵੀ ਯੂਜ਼ ਕਰਦੇ ਆ। ਅਤੇ ਸਾਈਕਲਿੰਗ ਬਹੁਤ ਹੀ ਪ੍ਰਕਾਰ ਨਾਲ ਯੂਜ਼ ਹੁੰਦੀ ਹੈ ਵੀ, ਬਹੁਤ ਹੀ ਇੰਡਸਟਰੀਜ਼ ਵਿੱਚ ਵੀ ਯੂਜ਼ ਹੁੰਦੀਆਂ ਨੇ, ਬਹੁਤ ਹੀ ਮਤਲਬ ਲੋਕ ਆਮ ਸਪੋਰਟਸ ਫਿਟਨੈਸ ਵਾਸਤੇ ਵੀ ਯੂਜ਼ ਕਰਦੇ, ਜਿਮਸ ਦੇ ਅੰਦਰ ਵੀ ਸਾਈਕਲਸ ਹੁੰਦੀਆਂ ਨੇ। ਸੋ ਸਾਈਕਲਿੰਗ ਬਹੁਤ ਹੀ ਮਤਲਬ ਇੱਕ ਵਧੀਆ ਚੀਜ਼ ਹੈ, ਅਤੇ ਇਹਨੂੰ ਸ਼ੁਰੂ ਕਰਨਾ ਵੀ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੁੰਦਾ ਕਿਸੇ ਵੀ ਵਾਸਤੇ। ਸੋ ਇਹਨਾਂ ਚੀਜ਼ਾਂ ਬਾਰੇ ਸਟੈਪਸ ਐਂਡ ਟਿਪਸ ਜੋ ਹੈ ਆਪਾਂ ਅੱਜ ਡਿਸਕਸ ਕਰਨ ਲੱਗੇ ਹਾਂ। ਸੋ ਇਹਨਾਂ ਚੀਜ਼ਾਂ ਬਾਰੇ ਜੋ ਪਹਿਲਾ ਸਟੈਪ ਹੈ, ਉਹ ਪਹਿਲਾ ਸਟੈਪ ਹੈ ਵੀ ਤੁਸੀਂ ਆਪਣੀ ਜੋ ਸਾਈਕਲ ਹੈ ਉਹ ਬਹੁਤ ਹੀ ਵਾਈਜ਼ਲੀ ਚੂਜ਼ ਕਰਨੀ ਹੁੰਦੀ ਹੈ। ਹੁਣ ਤੁਸੀਂ ਕਹੋਗੇ ਕਿ ਵੀ ਅਸੀਂ ਸਾਈਕਲ ਖਰੀਦ ਲਈ, ਅਗਰ ਜੇ ਤੁਸੀਂ ਸਾਈਕਲ ਖਰੀਦ ਲਿਆ ਕੋਈ ਗੱਲ ਨਹੀਂ। ਹੁਣ ਜਿਨ੍ਹਾਂ ਨੇ ਇਹ ਗੱਲ ਉਹਨਾਂ ਵਾਸਤੇ ਹੈ ਕਿ ਵੀ ਜਿਨ੍ਹਾਂ ਨੇ ਸਾਈਕਲਾਂ ਨਹੀਂ ਖਰੀਦੀਆਂ ਗੀਆਂ, ਸਾਈਕਲਾਂ ਜੇ ਤੁਸੀਂ ਨਹੀਂ ਖਰੀਦੀਆਂ ਗੀਆਂ ਵੀ, ਤੁਸੀਂ ਆਮ ਜੇ ਕਿਸੇ ਸ਼ੋਰੂਮ 'ਚ ਜਾਂਦੇ ਹੋ, ਕਿਸੇ ਸ਼ੋਪ 'ਚ ਜਾਂਦੇ ਹੋ, ਤਾਂ ਤੁਸੀਂ ਮਤਲਬ ਬਹੁਤ ਹੀ ਵਾਈਜ਼ਲੀ ਸਾਈਕਲ ਚੂਜ਼ ਕਰਨੀ ਹੁੰਦੀ। ਸਾਈਕਲ ਦੇ ਤਿੰਨ ਪ੍ਰਕਾਰ ਹੁੰਦੇ, ਮਤਲਬ ਮੇਨਲੀ ਜੋ ਮੈਂ ਆਪਣੇ ਹਿਸਾਬ ਨਾਲ ਡਿਵਾਈਡ ਕੀਤੇ ਉਹ ਤਿੰਨ ਪ੍ਰਕਾਰ ਹੁੰਦੇ। ਵੈਸੇ ਤਾਂ ਬਹੁਤ ਸਾਰੇ ਪ੍ਰਕਾਰ ਦੀ ਸਾਈਕਲਾਂ ਮਿਲ ਜਾਂਦੀਆਂ, ਬਟ ਜੇ ਆਪਾਂ ਬਰੋਡਲੀ ਡਿਵਾਈਡ ਕਰੀਏ ਸਾਈਕਲਾਂ ਨੂੰ, ਤਾਂ ਫਿਰ ਤੁਹਾਨੂੰ ਰੋਡ ਬਾਈਕਸ ਮਿਲ ਜਾਣਗੀਆਂ ਜੋ ਕਿ ਸਪੋਰਟਸ ਓਰੀਐਂਟ ਥੋੜ੍ਹੀ ਰੇਸਿੰਗ ਓਰੀਐਂਟਿਡ ਹੁੰਦੀਆਂ ਵੀ, ਰੋਡ 'ਤੇ ਰੇਸ ਕਰਨ ਵਾਸਤੇ ਹੁੰਦੀਆਂ ਗੀਆਂ। ਅਤੇ ਉਸ ਤੋਂ ਬਾਅਦ ਤੁਸੀਂ ਲੈ ਲਓ ਵੀ ਮਾਊਂਟੇਨ ਬਾਈਕਾਂ ਆ ਜਾਂਦੀਆਂ, ਮਾਊਂਟੇਨ ਬਾਈਕਾਂ ਹੁੰਦੀਆਂ ਵੀ ਜਿਹੜੀ ਥੋੜ੍ਹੀ ਸ਼ੋਕਰ ਵਾਲੀਆਂ ਬਾਈਕਾਂ ਆ ਜਾਂਦੀਆਂ, ਥੋੜ੍ਹੀ ਆਫ ਰੋਡ ਰੇਸ ਵਾਸਤੇ ਆ ਜਾਂਦੀਆਂ, ਉਹ ਵੀ ਥੋੜ੍ਹੀ ਰੇਸ ਓਰੀਐਂਟਿਡ ਹੁੰਦੀਆਂ ਗੀਆਂ। ਉਸ ਤੋਂ ਬਾਅਦ ਮੇਰੀ ਜੋ ਕਲਾਸੀਫਿਕੇਸ਼ਨ ਉਹਦੇ ਵਿੱਚ ਥਰਡ ਕੈਟੇਗਰੀ 'ਤੇ ਆਉਂਦੀ ਹੈ ਵੀ ਹਾਈਬ੍ਰਿਡ ਬਾਈਕਸ। ਹਾਈਬ੍ਰਿਡ ਬਾਈਕਸ ਮੇਰੇ ਹਿਸਾਬ ਨਾਲ ਆਈਡੀਅਲ ਬਾਈਕਸ ਹੁੰਦੀਆਂ ਸਿਟੀ ਵਿੱਚ ਚਲਾਉਣ ਵਾਸਤੇ, ਅਤੇ ਆਈਡੀਅਲ ਇਸ ਕਰਕੇ ਹੁੰਦੀ ਹੈ ਵੀ ਉਹਨਾਂ ਦਾ ਥੋੜ੍ਹਾ ਕੰਫਰਟ ਡਿਜ਼ਾਇਨ ਹੁੰਦਾ ਵੀ ਤੁਹਾਨੂੰ ਮਤਲਬ ਕਿਸੇ ਬੋਡੀ ਵਿੱਚ ਸਪੈਸ਼ਲ ਪੁਜੀਸ਼ਨ ਜਾਂ ਝੁੱਕ ਕੇ ਜਾਂ ਕਿਵੇਂ ਵੀ ਕਰਕੇ ਕੋਈ ਖਾਸ ਪੁਜੀਸ਼ਨ ਨਹੀਂ ਬਣਾਉਣੀ ਪਊਗੀ ਉਹਦੇ ਵਿੱਚ। ਹਾਈਬ੍ਰਿਡ ਵਿੱਚ ਤੁਸੀਂ ਕੰਫਰਟ ਪੁਜੀਸ਼ਨ ਵਿੱਚ ਆਪਣੀ ਸਾਈਕਲਿੰਗ ਕਰ ਸਕਦੇ ਹੋ, ਨਾਲ ਕੀ ਹੈ ਉਹਦੇ ਵਿੱਚ ਥੋੜ੍ਹੀ ਐਫੀਸ਼ੀਐਂਸੀ ਜ਼ਿਆਦਾ ਹੁੰਦੀ ਹੈ ਵੀ ਉਹਦੇ ਵਿੱਚ ਹਾਈਬ੍ਰਿਡ ਬਾਈਕ 'ਚ। ਇਸ ਕਰਕੇ ਹਾਈਬ੍ਰਿਡ ਬਾਈਕ ਨੂੰ ਮੈਂ ਆਪਣੇ ਹਿਸਾਬ ਨਾਲ ਆਈਡੀਅਲ ਬਾਈਕ ਮੰਨਦਾ, ਬਾਕੀ ਹਰ ਕਿਸੇ ਦੀ ਅਲੱਗ ਅਲੱਗ ਪ੍ਰੈਫਰੈਂਸ ਹੋ ਸਕਦੀ ਆ। ਸੋ ਇਹ ਤਿੰਨ ਸੀਗੀਆਂ ਬਰੋਡ ਕਲਾਸੀਫਿਕੇਸ਼ਨਸ, ਬਾਕੀ ਤੁਸੀਂ ਸਬ ਕਲਾਸੀਫਿਕੇਸ਼ਨ ਜਾਂ ਸਬ ਕੈਟੇਗਰੀਜ਼ ਵਿੱਚ ਬਹੁਤ ਸਾਰੀ ਕੈਟੇਗਰੀਜ਼ ਡਿਵਾਈਡ ਕਰ ਸਕਦੇ ਸਾਈਕਲਿੰਗ ਸਾਈਕਲ ਦੀ। ਸੋ ਉਹਨਾਂ ਵਿੱਚ ਮੈਂ ਡੀਪ ਨਹੀਂ ਜਾਊਂਗਾ। ਸੋ ਫਸਟ ਸਟੈਪ ਇਹੀ ਸੀਗਾ ਵੀ ਜਦੋਂ ਵੀ ਤੁਸੀਂ ਕਿਸੇ ਸ਼ੋਪਕੀਪਰ ਕੋਲ ਜਾਂਦੇ ਹੋ ਜਾਂ ਕਿਸੇ ਸ਼ੋਰੂਮ 'ਤੇ ਜਾਂਦੇ ਹੋ, ਉੱਥੇ ਜਾ ਕੇ ਤੁਸੀਂ ਸਾਈਕਲ ਨੂੰ ਬਹੁਤ ਹੀ ਵਾਈਜ਼ਲੀ ਚੂਜ਼ ਕਰਨਾ। ਵਾਈਜ਼ਲੀ ਕਿਵੇਂ ਚੂਜ਼ ਕਰਨਾ ਵੀ ਸ਼ੋਪਕੀਪਰ ਨੂੰ ਜਾ ਕੇ ਪੁੱਛੋ ਵੀ ਆਹ ਸਾਈਕਲ ਕਿੰਨੇ ਦੀ ਹੈ। ਹੁਣ ਤੁਸੀਂ ਹੁਣ ਜ਼ਰੂਰੀ ਤਾਂ ਨਹੀਂ ਗਾ ਵੀ ਤੁਸੀਂ ਆਪਣੇ ਟ੍ਰੈਂਡਰ ਨਾਲ ਜਾਣਾ, ਵੀ ਬਹੁਤ ਲੋਕ ਹੁੰਦੇ ਆ ਜਿਹੜੇ ਮੋਟੇ ਟਾਇਰਾਂ ਵਾਲੀ ਸਾਈਕਲ ਲੈਣੀ ਹੈ ਜਾਂ ਫਿਰ ਮੈਂ ਇਹ ਸ਼ੋਕਰਾਂ ਵਾਲੀ ਸਾਈਕਲ ਲੈਣੀ ਹੈ ਜਾਂ ਫਿਰ ਇਹ ਵਾਲੀ ਸਾਈਕਲ ਲੈਣੀ ਹੈ ਪਤਲੇ ਟਾਇਰਾਂ ਵਾਲੀ, ਬੜੇ ਟ੍ਰੈਂਡ 'ਚ ਜਾਂਦੇ ਆ ਲੋਕ। ਸੋ ਮੈਂ ਤਾਂ ਇਹੀ ਤੁਹਾਨੂੰ ਰਿਕੁਐਸਟ ਕਰੂੰਗਾ ਵੀ ਤੁਸੀਂ ਟ੍ਰੈਂਡ ਦੇ ਹਿਸਾਬ ਨਾਲ ਨਾ ਚੱਲੋ, ਤੁਸੀਂ ਆਪਣੇ ਕੰਫਰਟ ਅਤੇ ਤੁਸੀਂ ਆਪਣੀ ਬੋਡੀ ਦੇ ਕੰਫਰਟ ਦੇ ਹਿਸਾਬ ਨਾਲ ਚੱਲੋ ਵੀ ਤੁਹਾਨੂੰ ਕਿਹੜੀ ਸਾਈਕਲ ਸੂਟ ਕਰਦੀ ਆ। ਹੁਣ ਜ਼ਰੂਰੀ ਨਹੀਂ ਗਾ ਵੀ ਤੁਸੀਂ ਹੁਣ ਤੁਹਾਡੇ ਮਤਲਬ ਸਾਰਾ ਕੁਛ ਤੁਹਾਨੂੰ ਸਾਰਾ ਕੁਛ ਦੇਖਣਾ ਪਊਗਾ ਕਿ ਵੀ ਤੁਹਾਡਾ ਬਜਟ ਕਿੰਨਾ, ਤੁਸੀਂ ਕਿੰਨਾ ਖਰਚਾ ਲਾ ਸਕਦੇ ਹੋ, ਤੁਹਾਡੇ ਬਜਟ ਤੋਂ ਬਾਅਦ ਤੁਸੀਂ ਬਜਟ ਬਚਾਉਣਾ ਹੁੰਦਾ ਵੀ। ਇਹ ਸਭ ਤੋਂ ਪਹਿਲੀ ਟਿਪ ਆ ਕਿ ਵੀ ਤੁਸੀਂ ਆਪਣੇ ਬਜਟ ਤੋਂ ਬਾਅਦ ਇੱਕ ਬਜਟ ਬਚਾਉਣਾ ਹੁੰਦਾ, ਕਿਉਂਕਿ ਸਾਰਾ ਤੁਸੀਂ ਆਪਣਾ ਬਜਟ ਜਿਹੜਾ ਸਾਈਕਲ 'ਤੇ ਨਹੀਂ ਵੇਸਟ ਕਰ ਸਕਦੇ। ਸਾਈਕਲ ਤੋਂ ਬਾਅਦ ਤੁਹਾਨੂੰ ਕੁਝ ਇਹੋ ਜਿਹੀ ਅਸੈਂਸ਼ੀਅਲ ਆਈਟਮਸ ਹੁੰਦੀਆਂ ਵੀ ਜੋ ਤੁਸੀਂ ਆਪਣੇ ਬਜਟ ਤੋਂ ਬਾਅਦ ਬਚਾਉਣੀਆਂ ਹੁੰਦੀਆਂ। ਸੋ ਉਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਹੈ ਬਚਾਉਣਾ, ਠੀਕ ਹੈ ਜੀ। ਸੋ ਇਸ ਕਰਕੇ ਵਾਈਜ਼ਲੀ ਚੂਜ਼ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵੀ ਉਹ ਤੁਹਾਡਾ ਪੋਕਿਟ ਫਰੈਂਡਲੀ ਵੀ ਹੋਵੇ ਸਾਈਕਲ, ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਕੰਫਰਟ ਵੀ ਤੁਹਾਡੇ ਵਾਸਤੇ ਸਹੀ ਹੋਵੇ, ਤੁਹਾਨੂੰ ਰਾਈਡਿੰਗ ਸਹੀ ਹੋਵੇ। ਤੁਸੀਂ ਸ਼ੋਪਕੀਪਰ ਨੂੰ ਕੋਈ ਸਾਈਕਲ ਜੇ ਤੁਹਾਨੂੰ ਪਸੰਦ ਆਈ ਆ ਵੀ ਤੁਸੀਂ ਉਹਨੂੰ ਕਹੋ ਕਿ ਮੈਂ ਚਲਾ ਕੇ ਵੇਖਣੀ ਇਹ ਸਾਈਕਲ, ਠੀਕ ਹੈ ਜੀ। ਜਦੋਂ ਤੁਸੀਂ ਚਲਾ ਕੇ ਵੇਖੋਗੇ ਵੀ ਮਿਨੀਮਮ 5 ਕਿਲੋਮੀਟਰ ਚਲਾ ਕੇ ਆਓ, ਉਸ ਤੋਂ ਬਾਅਦ ਤੁਸੀਂ ਦੇਖੋ ਵੀ ਤੁਹਾਨੂੰ ਕੰਫਰਟ ਵੀ ਕਿਵੇਂ ਫੀਲ ਹੋਇਆ, ਉਹਦਾ ਗੇਅਰ ਚੇਂਜ ਕਰਕੇ ਦੇਖੋ ਵੀ ਤੁਹਾਨੂੰ ਪਤਾ ਲੱਗੂਗਾ ਕਿ ਵੀ ਗੇਅਰ ਕਿਵੇਂ ਹੈਲਪਿੰਗ
ਚਲੋ ਉਹ ਤਾਂ ਚਲੋ ਬਾਅਦ ਦੀ ਗੱਲ ਆ, ਪਰ ਤੁਸੀਂ ਪਹਿਲਾਂ ਦੇਖੋ ਵੀ ਉਹਦੀ ਜਮੈਟਰੀ ਕਿਹੋ ਜਿਹੀ, ਤੁਹਾਨੂੰ ਤੁਹਾਡੀ ਬਾਡੀ ਨੂੰ ਬੈਠਣ 'ਚ ਅਤੇ ਹੈਂਡਲ ਫੜਨ 'ਚ, ਪੈਡਲਾਂ ਦੇ ਪੈਰ ਪਹੁੰਚਣ 'ਚ ਸਾਰਾ ਕੁਝ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ। ਉਸ ਤੋਂ ਬਾਅਦ ਜੇ ਤੁਹਾਨੂੰ ਸਾਈਕਲ ਉਹ ਵਾਲੀ ਪਸੰਦ ਆਏ ਇਹਨੇ ਚਲਾਉਣ ਤੋਂ ਬਾਅਦ, ਉਸ ਤੋਂ ਬਾਅਦ ਕਿਹਾ ਤੁਸੀਂ ਸ਼ੋਪਕੀਪਰ ਦੇ, ਜਦੋਂ ਸ਼ੋਪ 'ਤੇ ਮਕੈਨਿਕ ਹੁੰਦਾ ਜਾਂ ਫਿਰ ਸ਼ੋਰੂਮ 'ਚ ਮਕੈਨਿਕ ਹੁੰਦਾ, ਉਹਨੂੰ ਕਹੋ ਕਿ ਤੁਸੀਂ ਤੁਹਾਡੀ ਹਾਈਟ ਦੇ ਹਿਸਾਬ ਨਾਲ ਅਤੇ ਤੁਹਾਡੇ ਹੋਰ ਤੁਹਾਡੀ ਮੇਜ਼ਰਮੈਂਟਸ ਦੇ ਹਿਸਾਬ ਨਾਲ ਉਹ ਸਾਈਕਲ ਨੂੰ ਫਿੱਟ ਕਰਕੇ ਦਊਗਾ, ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਤੁਸੀਂ ਫਿਟਿੰਗ ਹੋ ਗਈ, ਫਿਰ ਤੁਸੀਂ ਫਿਰ ਤੋਂ ਟੈਸਟ ਕਰਕੇ ਵੇਖੋ ਕਿ ਵੀ ਸਾਈਕਲ ਤੁਹਾਡੇ ਵਾਸਤੇ ਕੰਫਰਟੇਬਲ ਹੈਗੀ ਕਿ ਨਹੀਂ। ਸੋ ਇਹ ਸੀਗਾ ਪਹਿਲਾ ਸਟੈਪ। ਪਹਿਲਾ ਸਟੈਪ ਬਹੁਤ ਜ਼ਿਆਦਾ ਜ਼ਰੂਰੀ ਆ, ਇਹਨੂੰ ਬਿਲਕੁਲ ਵੀ ਤੁਸੀਂ ਅਵੋਇਡ, ਮਤਲਬ ਜੇ ਤੁਸੀਂ ਅਵੋਇਡ ਕਰੋਗੇ ਤਾਂ ਮਤਲਬ ਲੌਂਗ ਰਨ 'ਚ ਤੁਹਾਨੂੰ ਬੜੀ ਜ਼ਿਆਦਾ ਦਿੱਕਤ ਆਉਂਦੀ ਆ। ਮੇਨਲੀ ਜ਼ਿਆਦਾਤਰ ਲੋਕ ਜਿਹੜੇ ਸਾਈਕਲਿੰਗ ਤਾਂ ਹੀ ਛੱਡਦੇ ਆ ਕਿ ਵੀ ਉਹਨਾਂ ਨੂੰ ਕੰਫਰਟੇਬਲ, ਮਤਲਬ ਕੰਫਰਟਨੈਸ ਥੋੜ੍ਹੀ ਜਿਹੀ ਉਹਨਾਂ ਨੂੰ ਘੱਟ ਲੱਗਣ ਲੱਗ ਜਾਂਦੀ ਹੈ, ਉਹ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਦੇ ਉਹਨੂੰ, ਅਤੇ ਕਰ ਵੀ ਨਹੀਂ ਪੈਂਦੇ ਪਾਉਂਦੇ ਕਿ ਵੀ ਕਿਉਂਕਿ ਵੀ ਉਹਨਾਂ ਨੇ ਸਾਈਕਲ ਵਾਸਤੇ ਉਹਨਾਂ ਵਾਸਤੇ ਉਹ ਸਾਈਕਲ ਨਹੀਂ ਗਈ, ਤਾਂ ਵੀ ਉਹ ਹੁਣ ਯੂਜ਼ ਕਰ ਰਹੇ ਆ, ਠੀਕ ਹੈ ਜੀ। ਸੋ ਇਹ ਸੀਗਾ ਫਸਟ ਸਟੈਪ, ਹੁਣ ਆਪਾਂ ਸਕਿੱਪ ਕਰਦੇ ਨੈਕਸਟ ਸਟੈਪ 'ਤੇ। ਵੀਡੀਓ ਜੇ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਅਗਰ ਜੇ ਤੁਸੀਂ ਹੋਰ ਇਹੋ ਜਿਹਾ ਕੰਟੈਂਟ ਵੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਦੀ ਵੀਡੀਓਜ਼, ਫਿਊਚਰ ਵੀਡੀਓਜ਼ ਵਾਸਤੇ, ਅਤੇ ਕਮੈਂਟ ਕਰਕੇ ਦੱਸਿਓ ਕਿ ਵੀ ਤੁਹਾਨੂੰ ਇਹ ਵੀਡੀਓਜ਼ ਦੀ ਇਨਫੋਰਮੇਸ਼ਨ ਕਿਹੋ ਜਿਹੀ ਲੱਗੀ। ਜੇ ਤੁਹਾਨੂੰ ਹੈਲਪ ਹੋਈ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ, ਅਤੇ ਸ਼ੇਅਰ ਵੀ ਕਰਿਓ ਆਪਣੇ ਫਰੈਂਡਸ ਨਾਲ ਜਿਨ੍ਹਾਂ ਨਾਲ ਤੁਸੀਂ ਸਾਈਕਲਿੰਗ ਕਰਨ ਜਾਓਗੇ। ਥੈਂਕ ਯੂ ਸੋ ਮੱਚ।